ਰਾਤ ਬੀ ਟਾਊਨ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਧਾਰਨ ਪਿਛੋਕੜ ਤੋਂ ਆਉਣ ਤੋਂ ਬਾਵਜੂਦ ਕੰਗਨਾ ਨੇ ਆਪਣੀ ਪ੍ਰਤਿਭਾ ਨਾਲ ਹਿੰਦੀ ਫਿਲਮ ਇੰਡਸਟਰੀ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ ਅਤੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾ ਲਈ ਹੈ। ਉਹ ਪਿਛਲੇ 2 ਸਾਲਾਂ ਤੋਂ ਬਤੌਰ ਨਿਰਦੇਸ਼ਕ ਆਪਣੀ ਦੂਜੀ ਫਿਲਮ ਐਮਰਜੈਂਸੀ ਬਣਾਉਣ ਵਿੱਚ ਰੁੱਝੇ ਹੋਏ ਨੇ। ਇਸ ਤੋਂ ਇਲਾਵਾ ਅਭਿਨੇਤਰੀ ਨੇ ਇਸ ਸਾਲ ਰਾਜਨੀਤੀ 'ਚ ਵੀ ਐਂਟਰੀ ਕੀਤੀ ਹੈ। ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਜਪਾ ਸੰਸਦ ਮੈਂਬਰ ਨੇ ਅਤੇ ਸਭ ਵਿਚਕਾਰ ਅਦਾਕਾਰਾਂ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਹ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਆਪਣਾ ਬਾਲੀਵੁੱਡ ਕਰੀਅਰ ਛੱਡ ਦੇਵੇਗੀ ਜਾਂ ਨਹੀਂ। ਕੰਗਨਾ ਰਣੌਤ ਨੇ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਦੇ ਟ੍ਰੇਲਰ ਲਾਂਚ ਈਵੈਂਟ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਸਾਲ ਕੰਗਨਾ ਇੰਡਸਟਰੀ ਤੋਂ ਦੂਰ ਸੀ ਕਿਉਂਕਿ ਉਸਨੇ ਮੰਡੀ ਹਲਕੇ ਤੋਂ ਲੋਕ ਸਭਾ ਚੋਣ ਲੜੀ ਸੀ। ਉਸਨੇ ਚੋਣ ਜਿੱਤੀ ਅਤੇ ਜੂਨ 2024 ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਜਦੋਂ ਤੋਂ ਕੰਗਨਾ ਰਣੌਤ ਨੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਉਦੋਂ ਤੋਂ ਅਜਿਹੀਆਂ ਅਫਵਾਹਾਂ ਨੇ ਕਿ ਉਹ ਅਦਾਕਾਰੀ ਛੱਡ ਸਕਦੀ ਹੈ। ਇਸ ਤੋਂ ਇਲਾਵਾ ਉਸਦੀਆਂ ਪਿਛਲੀਆਂ ਕੁਝ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ। ਜਦੋਂ ਕੰਗਨਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਸਨੇ ਕੋਈ ਫੈਸਲਾ ਨਹੀਂ ਲਿਆ ਅਤੇ ਉਹ ਦਰਸ਼ਕਾਂ 'ਤੇ ਛੱਡ ਦੇਵੇਗੀ। ਕੰਗਨਾ ਨੇ ਕਿਹਾ ਕਿ ਮੈਂ ਐਕਟਿੰਗ ਜਾਰੀ ਰੱਖਾਂਗੀ। ਮੈਨੂੰ ਲੱਗਦਾ ਹੈ ਕਿ ਇੱਕ ਅਜਿਹਾ ਸਵਾਲ ਹੈ ਜਿੱਥੇ ਮੈਂ ਲੋਕਾਂ ਨੂੰ ਫੈਸਲਾ ਕਰਨ ਦੇਣ ਚਾਹਾਂਗੀ। ਉਦਾਹਰਣ ਲਈ, ਮੈਂ ਕਦੇ ਨਹੀਂ ਕਿਹਾ ਕਿ ਮੈਂ ਲੀਡਰ ਬਣਨਾ ਚਾਹੁੰਦੀ ਹਾਂ। ਲੋਕਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਤੁਹਾਨੂੰ ਲੀਡਰ ਬਣਨਾ ਚਾਹੀਦਾ ਹੈ। ਕੀ ਕੋਈ ਪਾਰਟੀ ਸਰਵੇਖਣ ਕਰਾਉਂਦੀ ਹੈ ਜਾਂ ਤੁਹਾਨੂੰ ਟਿਕਟ ਦੇਣ ਲਈ ਜੋ ਵੀ ਮਾਪਦੰਡ ਸਨ, ਇਹ ਲੋਕਾਂ ਦੀ ਮਰਜ਼ੀ ਹੈ ਕਿ ਮੈਂ ਚੋਣ ਲੜਾਂ ਜਾਂ ਨਹੀਂ। ਜੇਕਰ ਮੈਂ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਮੈਨੂੰ ਹੋਰ ਦੇਖਣਾ ਚਾਹੁੰਦੇ ਨੇ ਤਾਂ ਮੈਂ ਕੀ ਕਰ ਸਕਦੀ ਹਾਂ ਕਿ ਮੈਂ ਸਫਲਤਾ ਜਾਰੀ ਰੱਖਾਂਗੀ। ਕੰਗਨਾ ਨੇ ਕਿਹਾ ਕਿ ਜੇਕਰ ਰਾਜਨੀਤੀ ਉਹਨਾਂ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਇਸ ਲਈ ਆਪਣਾ ਸਮਾਂ ਦੇਵੇਗੀ, ਪਰ ਜੇਕਰ ਦਰਸ਼ਕ ਉਹਨਾਂ ਨੂੰ ਪਰਦੇ 'ਤੇ ਦੇਖਣਾ ਚਾਹੁੰਦੇ ਨੇ ਤਾਂ ਉਹ ਆਪਣਾ ਐਕਟਿੰਗ ਕਰੀਅਰ ਜਾਰੀ ਰੱਖੇਗੀ। ਮਹਾਰਾਣੀ ਅਭਿਨੇਤਰੀ ਨੇ ਕਿਹਾ ਕਿ ਉਹ ਉਦੋਂ ਤੋਂ ਹੀ ਕੰਮ ਕਰੇਗੀ ਜਿੱਥੇ ਉਸਨੂੰ ਲੋੜ, ਸਨਮਾਨ ਅਤੇ ਮਹੱਤਵਪੂਰਨ ਮਹਿਸੂਸ ਹੋਵੇਗਾ। ਕੰਗਨਾ ਨੇ ਕਿਹਾ ਕਿ ਮੈਂ ਇੱਥੇ ਜਾਂ ਉੱਥੇ ਜਾਣ ਦੀ ਕੋਈ ਯੋਜਨਾ ਨਹੀਂ ਹੈ। ਮੈਂ ਕਿਤੇ ਵੀ ਠੀਕ ਹਾਂ ਜਿੱਥੇ ਮੇਰੀ ਲੋੜ ਹੈ, ਇਹ ਸਭ ਕੁਝ ਠੀਕ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਆਖਰੀ ਵਾਰ ਫਿਲਮ ਚੰਦਰਮੁਖੀ 2 ਅਤੇ ਤੇਜਸ ਵਿੱਚ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਸਨੇ ਭਾਰਤੀ ਹਵਾਈ ਸੈਨਾ ਦੀ ਪਾਇਲਟ ਦੀ ਭੂਮਿਕਾ ਨਿਭਾਈ ਸੀ। ਉਸ ਨੂੰ ਆਪਣੇ ਪ੍ਰਦਰਸ਼ਨ ਲਈ ਮਿਲੀ ਜੁਲੀ ਸਮੀਖਿਆ ਮਿਲੀ ਸੀ। ਕੰਗਨਾ ਹੁਣ ਅਨੁਪਮ ਖੇਰ, ਸ਼੍ਰੇਯਸ਼ ਤਲਪੜੇ ਅਤੇ ਮਹਿਮਾ ਚੌਧਰੀ, ਮਿਲਿੰਦ ਸੁਮਨ ਅਤੇ ਸਤੀਸ਼ ਕੌਸ਼ਕ ਨਾਲ ਐਮਰਜੈਂਸੀ ਵਿੱਚ ਨਜ਼ਰ ਆਵੇਗੀ ਅਤੇ ਫਿਲਮ ਸਤੰਬਰ ਮਹੀਨੇ ਵਿੱਚ ਰਿਲੀਜ਼ ਹੋਵੇਗੀ।